ਹਮੇਸ਼ਾ ਸ਼ੱਕ ਕਰਨ ਵਾਲੇ ਇਨਸਾਨ ਦੇ ਲਈ ਨਾ ਤਾਂ ਖੁਸ਼ੀ ਇਸ ਜਹਾਨ ਵਿੱਚ ਹੈ ਨਾ ਕਿਤੇ ਹੋਰ। ਯੂ ਆਰ ਵਾਚਿੰਗ ਮਾਈ ਮੋਟੀਵੇਸ਼ਨਲ ਟਾਕਸ, ਆਈ ਐਮ ਸੰਜੀਵ ਸ਼ਰਮਾ। ਸਾਡਾ ਅੱਜ ਦਾ ਵਿਸ਼ਾ ਹੈ ਜੀਵਨ ਮ੍ਰਿਤਿਯੂ, ਇੱਕ ਅਟਲ ਸੱਚਾਈ। ਮੋਹ ਵਿੱਚ ਪੈ ਕੇ ਆਪਣੇ ਕਰਮ ਤੋਂ ਪਿੱਛੇ ਹਟ ਜਾਣਾ ਬਹੁਤ ਵੱਡੀ ਮੂਰਖਤਾ ਹੈ, ਕਿਉਂਕਿ ਇਸ ਨਾਲ ਨਾ ਤਾਂ ਸਵਰਗ ਦੀ ਪ੍ਰਾਪਤੀ ਹੋਵੇਗੀ ਅਤੇ ਨਾ ਹੀ ਤੁਹਾਡੇ ਨਾਂ ਨੂੰ ਇਸ ਦੁਨੀਆ 'ਤੇ ਯਾਦ ਰੱਖਿਆ ਜਾਵੇਗਾ। ਮਾਣ ਅਪਮਾਨ, ਲਾਭ ਹਾਨੀ, ਖੁਸ਼ੀ ਆ ਜਾਣਾ, ਦੁੱਖਾਂ ਦਾ ਆ ਜਾਣਾ, ਇਹ ਸਭ ਮਨ ਦੀ ਸ਼ਰਾਰਤ ਹੈ। ਉਸ ਚੀਜ਼ ਤੋਂ ਨਾ ਡਰੋ ਜੋ ਅਸਲ ਵਿੱਚ ਨਹੀਂ ਸੀ ਅਤੇ ਨਾ ਹੀ ਕਦੇ ਹੋਵੇਗੀ। ਜੋ ਅਸਲ ਵਿੱਚ ਹੈ ਉਹ ਹਮੇਸ਼ਾ ਰਹੇਗਾ ਅਤੇ ਉਸਨੂੰ ਕਦੇ ਖਤਮ ਨਹੀਂ ਕੀਤਾ ਜਾ ਸਕਦਾ। ਜਨਮ ਲੈਣ ਵਾਲੇ ਇਨਸਾਨ ਦੀ ਮੌਤ ਨਿਸ਼ਚਿਤ ਹੈ ਅਤੇ ਇਸੇ ਤਰ੍ਹਾਂ ਜੋ ਇਨਸਾਨ ਮਰ ਜਾਂਦਾ ਹੈ ਉਸਦਾ ਜਨਮ ਲੈਣਾ ਵੀ ਨਿਸ਼ਚਿਤ ਹੈ। ਆਤਮਾ ਨਾ ਜਨਮ ਲੈਂਦੀ ਹੈ ਨਾ ਮਰਦੀ ਹੈ, ਨਾ ਇਸ ਨੂੰ ਜਲਾਇਆ ਜਾ ਸਕਦਾ ਹੈ ਅਤੇ ਨਾ ਹੀ ਇਸ ਨੂੰ ਗਿੱਲਾ ਕੀਤਾ ਜਾ ਸਕਦਾ ਹੈ। ਆਤਮਾ ਅਮਰ ਅਤੇ ਅਵਿਨਾਸ਼ੀ ਹੈ। ਆਤਮਾ ਆਪਣੇ ਸਰੀਰ ਨੂੰ ਉਵੇਂ ਹੀ ਛੱਡ ਦਿੰਦੀ ਹੈ ਜਿਵੇਂ ਅਸੀਂ ਪੁਰਾਣੇ ਕੱਪੜੇ ਉਤਾਰ ਕੇ ਨਵੇਂ ਕੱਪੜੇ ਪਾ ਲੈਂਦੇ ਹਾਂ। ਇੱਕ ਸਹੀ ਗੱਲ ਕਹਾਂ, ਮੇਰੇ ਕਈ ਜਨਮ ਹੋ ਚੁੱਕੇ ਨੇ ਅਤੇ ਸ਼ਾਇਦ ਤੁਹਾਡੇ ਵੀ ਕਈ ਜਨਮ ਹੋਣਗੇ। ਇਹ ਜਨਮਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਨਾ ਤਾਂ ਮੇਰਾ ਇਹ ਆਖਰੀ ਜਨਮ ਹੈ ਅਤੇ ਨਾ ਹੀ ਤੁਹਾਡਾ ਇਹ ਆਖਰੀ ਜਨਮ ਹੈ। ਪਰਮਾਤਮਾ ਹੀ ਇਸ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਦਾ ਹੈ, ਸਾਰੀ ਸ੍ਰਿਸ਼ਟੀ ਦਾ ਪਾਲਣ ਪੋਸ਼ਣ ਕਰਦਾ ਹੈ ਅਤੇ ਜੇ ਵਿਨਾਸ਼ ਕਰਨ 'ਤੇ ਆਵੇ ਤਾਂ ਸਾਰੀ ਸ੍ਰਿਸ਼ਟੀ ਦਾ ਵਿਨਾਸ਼ ਵੀ ਕਰਦਾ ਹੈ। ਇਸ ਲਈ ਪਰਮਾਤਮਾ ਨੂੰ ਕਦੇ ਨਾ ਭੁੱਲੋ, ਹਮੇਸ਼ਾ ਚੰਗੇ ਕਰਮ ਕਰੋ, ਮੌਤ ਨੂੰ ਹਮੇਸ਼ਾ ਯਾਦ ਰੱਖੋ ਅਤੇ ਹਰ ਵਾਰ ਦੀ ਤਰ੍ਹਾਂ ਜ਼ਿੰਦਗੀ ਬਹੁਤ ਖੂਬਸੂਰਤ ਹੈ, ਇਸ ਨੂੰ ਪਿਆਰ ਨਾਲ ਜੀਓ। ਬੀ ਆਲਵੇਜ਼ ਹੈਪੀ।